ਚਾਈਨਾ ਆਈਲੈਟ ਸੈਂਟਰ ਤੇ ਪੁਲਿਸ ਨੇ ਰੇਡ ਮਾਰ ਕੇ ਕੋਵਿਡ-19 ਦੇ ਚਲਦੇ ਮਿਸ਼ਨ ਸੈਂਟਰ ਅਤੇ ਆਈਲੈਟ ਸੈਂਟਰ ਦੇ ਅੰਦਰ ਬੱਚਿਆਂ ਨੂੰ ਇਕੱਠੇ ਕਰਕੇ ਪੜਾਉਂਦੇ ਪਏ ਸਨ ਜੋ ਕਿ ਕਾਨੂੰਨ ਦੀ ਪਾਲਣਾ ਨਹੀਂ ਕੀਤੀ ਗਈ ਜੋ ਕੋਵਿਡ-19 ਦੀਆਂ ਗਾਈਡਲਾਈਨਸ ਉਹਨਾਂ ਦੇ ਮੁਤਾਬਕ ਆਈਲੈਟ ਸੈਂਟਰ ਅਤੇ ਨਾ ਹੀ ਕੋਈ ਟਿਊਸ਼ਨ ਸੈਂਟਰ ਬੱਚਿਆਂ ਨੂੰ ਇਕੱਠੇ ਕਰਕੇ ਟਿਊਸ਼ਨ ਨਹੀਂ ਪੜ੍ਹਾ ਸਕਦਾ ਸਿਰਫ ਔਨਲਾਈਨ ਕਲਾਸ ਹੀ ਲਗਾ ਸਕਦਾ ਹੈ ਮਗਰ ਅੱਜ ਇਸ ਸ਼ਾਈਨ ਆਈਲੈਟ ਸੈਂਟਰ 'ਤੇ ਇਹਨਾਂ ਸਾਰੇ ਹੁਕਮਾਂ ਦੀ ਉਲੰਘਣਾ ਕੀਤੀ ਗਈ ਇਸ ਸੈਂਟਰ 'ਤੇ 50 ਤੋਂ 60 ਬੱਚਿਆਂ ਨੂੰ ਇਕੱਠਾ ਕਰਕੇ ਟਿਊਸ਼ਨ ਸੈਂਟਰ ਚਲਾਇਆ ਜਾ ਰਿਹਾ ਸੀ ਇਸ ਸੈਂਟਰ ਦੇ ਮਾਲਕ ਦਾ ਨਾਮ ਹਰਮੋਰਦੀਪ ਸਿੰਘ ਗਿੱਲ ਪਤਨੀ ਹਰਸਿਮਰਤ ਸਿੰਘ ਦੱਸੀ ਜਾਂਦੀ ਹੈ ਇਹ ਸੈਂਟਰ ਪਿਛਲੇ 6-7 ਸਾਲ ਤੋਂ ਚੱਲ ਰਿਹਾ ਹੈ ਅੱਜ ਜਦੋਂ ACP ਡਿਟੈਕਟਿਵ ਹਰਮਿੰਦਰ ਸਿੰਘ ਸੰਧੂ ਅਤੇ SHO CA ਸਟਾਫ ਇੰਚਾਰਜ ਰੰਧਾਵਾ ਸਾਂਝੇ ਓਪਰੇਸ਼ਨ ਨੂੰ ਚਲਾਇਆ ਗਿਆ ਇਹਨਾਂ ਮਾਲਕਾਂ ਦੇ ਉੱਪਰ ਪਰਚਾ ਦਰਜ ਕਰ ਦਿੱਤਾ ਗਿਆ ਹੈ ਅਤੇ ਆਈਲੈਟ ਸੈਂਟਰ ਨੂੰ ਸੀਲ ਕਰਨ ਦੇ ਲਈ ਜਦੋਂ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਆਪਣੇ ਅਫਸਰਾਂ ਦੇ ਨਾਲ ਗੱਲਬਾਤ ਕਰਕੇ ਜੋ ਬੰਦੀ ਹੋਵੇਗੀ ਕਾਰਵਾਈ ਕੀਤੀ ਜਾਣ ਦਾ ਭਰੋਸਾ ਦਵਾਇਆ ਜੋ ਬੱਚੇ ਆਈਲੈਟ ਸੈਂਟਰ ਵਿੱਚ ਪੜ੍ਹ ਰਹੇ ਸਨ ਉਹਨਾਂ ਨੂੰ ਸਮਝਾ ਕੇ ਕਿ ਕੋਵਿਡ-19 ਦੀਆਂ ਹਿਦਾਇਤਾਂ ਉਹਨਾਂ ਨਾਲ ਜਾਣੂ ਕਰਵਾਇਆ ਗਿਆ ਅਤੇ ਉਹਨਾਂ ਨੂੰ ਘਰ ਵਾਪਸ ਭੇਜ ਦਿੱਤਾ ਗਿਆ ਤੇ ਕੀਤਾ ਗਿਆ ਸਰ ਕਰ ਰਿਹਾ ਜੀ ਇਹ ਜਿਹੜਾ ਸ਼ਾਈਨ ਆ ਇਹਦੇ ਮਾਲਕ ਹੈਗੇ ਆ ਮੋਰਦੀਪ ਗਿੱਲ ਅਤੇ ਹਰ ਅਮਰ ਸਿੰਘ ਗਿੱਲ ਇਹਨਾਂ ਦੇ ਖਿਲਾਫ ਜੋ ਵੀ ਲੀਗਲੀ ਐਕਸ਼ਨ ਬਣ ਰਿਹਾ ਉਹ ਅਸੀਂ ਕਰ ਰਹੇ ਸਰ ਬਿਲਕੁਲ ਚੌਂਕੀ ਦੇ ਸਾਹਮਣੇ ਸੀ ਪੁਲਿਸ ਦੇ ਸਾਹਮਣੇ ਹੋ ਰਿਹਾ ਸੀ ਸਰ ਫਿਰ ਵੀ ਚਲੋ ਪੁਲਿਸ ਨੇ ਕਾਰਵਾਈ ਕੀਤੀ ਆ ਜੀ ਜੇ ਹੋ ਰਿਹਾ ਸੀ ਤਾਂ ਉਹਦੇ ਅਸੀਂ ਕਾਰਵਾਈ ਕਰ ਦਿੱਤੀ ਕਿੰਨੇ ਐਸੀ ਭਗੇ ਜਿਨ੍ਹਾਂ ਦੇ ਆਪਾਂ ਕਾਰਵਾਈ ਕੀਤੀ ਅਸੀਂ ਕਰੀਬ 10-12 ਜਿਹੜੇ ਟਿਊਸ਼ਨ ਸੈਂਟਰ ਸੀ ਉਹਨਾਂ 'ਤੇ ਰੇਡ ਕੀਤੇ ਆ ਜਿਨ੍ਹਾਂ ਵਿੱਚੋਂ ਕਈ ਜਿਹੜੇ ਅਸੀਂ ਉਹਨਾਂ 'ਚ ਬੱਚੇ ਨਹੀਂ ਸੀ ਪੜ੍ਹਾ ਰਹੇ ਜਿਨ੍ਹਾਂ 'ਤੇ ਪੜ੍ਹਾ ਰਹੇ ਅਸੀਂ ਵੱਖ ਵੱਖ ਟੀਮਾਂ ਬਣਾਈਆਂ ਜੋ ਜੋ ਸਾਨੂੰ ਰਿਪੋਰਟ ਕਰ ਰਹੇ ਅਤੇ ਉਹ ਤੋਂ ਕਰ ਰਹੇ ਸਰ ਬੱਚਿਆਂ ਕੋਲ ਫੋਨ ਵੀ ਲੈ ਕੇ ਵਾਪਸ ਕਰਤੇ ਸਰ ਉਹਨਾਂ ਦੇ ਫੋਨ ਨਹੀਂ ਫੋਨ ਕਿਸੇ ਦਾ ਨਹੀਂ ਲਿਆ ਗਿਆ ਬੱਚਿਆਂ ਨੂੰ ਇੰਸਟਰਕਸ਼ਨ ਦੇ ਕੇ ਕਿ ਇਸ ਤਰ੍ਹਾਂ ਇਕੱਠੇ ਨਹੀਂ ਹੋਣਾ ਅਤੇ ਉਹਨਾਂ ਨੂੰ ਜਿਹੜਾ ਉਹਨਾਂ ਦੇ ਬੈਟਰ ਫਿਊਚਰ ਨੂੰ ਧਿਆਨ 'ਚ ਰੱਖਦੇ ਹੋਏ ਆ ਉਹਨਾਂ ਨੂੰ ਜਿਹੜਾ ਉਹ ਭੇਜ ਸਰ ਕਿੰਨੇ ਕੁ ਬੱਚੇ ਸੀ ਜਿਹੜੇ ਅੰਦਰ ਇੱਥੇ ਕਰੀਬ ਬਹੁਤ ਕੀਤੀ ਥੈਂਕ ਯੂ ਸਰ ਇਹ ਜੀ ਸਰਕਾਰ ਦੀਆਂ ਇੰਸਟਰਕਸ਼ਨ ਨੇ ਕਿ ਜਿਹੜੇ ਟਿਊਸ਼ਨ ਸੈਂਟਰ ਆ ਉਹ ਬੱਚਿਆਂ ਨੂੰ ਇਕੱਠੇ ਕਰਕੇ ਨਹੀਂ ਚਲਾਏ ਜਾਣਗੇ ਔਨਲਾਈਨ ਕਲਾਸਿਸ ਹੀ ਲਈ ਜਾਣਗੀਆਂ ਪਰ ਇਹ ਜਿਹੜੇ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਕੁਝ ਜਿਹੜੇ ਟਿਊਸ਼ਨ ਸੈਂਟਰ ਆ ਬੱਚਿਆਂ ਨੂੰ ਇਕੱਠੇ ਕਰਕੇ ਅਤੇ ਉਹਨਾਂ ਨੂੰ ਟਿਊਸ਼ਨ ਦੇ ਰਹੇ ਸੀ ਇਸ ਦੇ ਸੰਬੰਧ ਵਿੱਚ ਸਾਡੇ ਮਾਣਯੋਗ ਕਮਿਸ਼ਨਰ ਸਾਹਿਬ ਅਤੇ ਮਾਣਯੋਗ DCP ਸਾਹਿਬ ਭੁੱਲਰ ਸਾਹਿਬ ਦੀ ਇੰਸਟਰਕਸ਼ਨ ਮੁਤਾਬਕ ਅਸੀਂ ਜਿਹੜੀਆਂ ਵੱਖ ਵੱਖ ਟੀਮਾਂ ਬਣਾ ਕੇ ਅੱਜ 10-12 ਸੈਂਟਰ 'ਤੇ ਰੇਡ ਕੀਤੇ ਆ ਜਿਹਦੇ ਵਿੱਚੋਂ ਇੱਕ ਸ਼ਾਈਨ ਸੈਂਟਰ 'ਤੇ ਵੀ ਰੇਡ ਕੀਤਾ ਗਿਆ ਜਿੱਥੇ ਕਰੀਬ 60-65 ਬੱਚਿਆਂ ਨੂੰ ਇਹ ਟਿਊਸ਼ਨ ਪੜ੍ਹਾ ਰਹੇ ਸੀ ਇਸ ਦੇ ਵਿੱਚ ਇਹਨਾਂ ਦੇ ਜਿਹੜੇ ਮਾਲਕ ਆ ਅਮੋਰਦੀਪ ਅਤੇ ਹਰ ਅਮਰ ਸਿੰਘ ਗਿੱਲ ਇਹਨਾਂ ਦੇ ਖਿਲਾਫ ਜੋ ਵੀ ਇੰਸਟਰਕਸ਼ਨ ਦੇ ਮੁਤਾਬਕ ਰੂਲ ਦੀ ਵਾਇਲੇਸ਼ਨ ਦੀ ਜਿਹੜੀ ਆ ਧਾਰਾ ਤਹਿਤ ਕੇਸ ਦਰਜ ਕੀਤਾ ਗਿਆ ਵਾ ਅਤੇ ਅੱਗੋਂ ਫਰਦਰ ਇਨਵੈਸਟੀਗੇਸ਼ਨ ਜਿਹੜੀ ਆ ਉਹ ਜਾਰੀ ਸਟੂਡੈਂਟ ਨੂੰ ਅਸੀਂ ਹਦਾਇਤਾਂ ਦੇ ਕੇ ਕਿਉਂਕਿ ਉਹਨਾਂ ਦੇ ਬੈਟਰ ਫਿਊਚਰ ਨੂੰ ਧਿਆਨ ਰੱਖਦੇ ਉਹਨਾਂ ਨੂੰ ਸਮਝਾ ਬੁਝਾ ਕੇ ਜਿਹੜਾ ਉਹ ਘਰ ਭੇਜ ਦਿੱਤਾ ਗਿਆ ਉਹਨਾਂ ਦੇ ਖਿਲਾਫ ਜੋ ਵੀ ਆਪਣਾ ਕੋਵਿਡ-19 ਨੂੰ ਮੱਦੇਨਜ਼ਰ ਰੱਖਦੇ ਹੋਏ ਜੋ ਸਰਕਾਰ ਦੀ ਵਾਇਲੇਸ਼ਨ ਦੀ ਸੈਕਸ਼ਨ ਆ ਉਹਦੇ ਤਹਿਤ ਪਰਚਾ ਦਰਜ ਕੀਤਾ ਗਿਆ ਵਾ ਫਰਦਰ ਜੋ ਵੀ ਕੋਈ ਹੋਰ ਵੀ ਕਿਸੇ ਬਣਦੀ ਧਾਰਾ ਵਾ ਉਹ ਵੀ ਜਿਹੜੀ ਐਡ ਕੀਤੀ ਜਾਏਗੀ ਡਿਊਰਿੰਗ ਇਨਵੈਸਟੀਗੇਸ਼ਨ ਇਸ ਦੇ ਬਾਰੇ ਅਸੀਂ ਆਪਣੇ ਸੀਨੀਅਰ ਅਫਸਰਾਂ ਨਾਲ ਅਸੀਂ ਇੱਥੇ ਬੈਠੇ ਹਾਂ ਅਤੇ ਇਨਵੈਸਟੀਗੇਸ਼ਨ ਕਰ ਰਹੇ ਹਾਂ ਜੇਕਰ ਕੋਈ ਇਸ ਤਰ੍ਹਾਂ ਦੀ ਹੈ ਆ ਤਾਂ ਉਹਨਾਂ ਨਾਲ ਅਸੀਂ ਡਿਸਕਸ ਕਰਕੇ ਤਾਂ ਉਹ ਵੀ ਅਸੀਂ ਕਰਦੇ ਹਾਂ।